ਦੱਸ ਦਈਏ ਕਿ ਜੇਲ੍ਹ ਦੇ ਵਿੱਚ ਤੈਨਾਤ ਇੱਕ ਹੋਮਗਾਰਡ ਦੇ ਗੋਲੀ ਵੱਜੀ ਹੈ, ਜਿਸ ਕਾਰਨ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਂਦਾ ਗਿਆ ਤਾਂ ਡਾਕਟਰਾਂ ਦੇ ਵੱਲੋਂ ਵੀ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਦੇ ਕਿ ਮਾਮਲਾ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ, ਜਿੱਥੇ ਇਹ ਹੋਮਗਾਰਡ ਡਿਊਟੀ 'ਤੇ ਤੈਨਾਤ ਸੀ ਤਾਂ ਅਚਾਨਕ ਗੋਲੀ ਚੱਲ ਜਾਂਦੀ ਹੈ, ਜਿਸ ਤੋਂ ਬਾਅਦ ਇਸਦੀ ਮੌਤ ਹੋ ਗਈ। ਫਿਲਹਾਲ ਗੋਲੀ ਕਿਵੇਂ ਚੱਲੀ ਇਸ ਗੱਲ ਦਾ ਪਤਾ ਤਾਂ ਨਹੀਂ ਲੱਗਿਆ, ਪਰ ਪਰਿਵਾਰ ਨੇ ਦੱਸਿਆ ਕਿ ਅਚਾਨਕ ਇਹ ਗੋਲੀ ਚੱਲੀ ਹੈ, ਜਿਸ ਕਾਰਨ ਇਸਦੀ ਮੌਤ ਹੋ ਗਈ ਅਤੇ ਹੁਣ ਇਸਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਹੈ ਜੋ ਸਾਹਮਣੇ ਆਵੇਗਾ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਤੈਨਾਤ ਸੀ ਇਹ ਹੋਮਗਾਰਡ, ਜਿੱਥੇ ਗੋਲੀ ਵੱਜੀ ਹੈ ਤਾਂ ਗੋਲੀ ਵੱਜਣ ਕਾਰਨ ਇਸਦੀ ਮੌਤ ਹੋ ਜਾਂਦੀ ਹੈ। ਤਾਂ ਇਸਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ, ਹਸਪਤਾਲ ਵੀ ਲਿਜਾਂਦਾ ਗਿਆ ਸੀ, ਪਰ ਡਾਕਟਰਾਂ ਦੇ ਵੱਲੋਂ ਵੀ ਇਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਹ ਸਾਡੇ ਨਾਲ ਦਾ ਗਵਾਂਢੀ ਸੀਗਾ ਜੀ, ਬਲਵੀਰ ਸਿੰਘ ਉਹਨਾਂ ਨਾਂ ਜੀ, ਪੁੱਤਰ ਨੇ ਮਹਿੰਦਰ ਸਿੰਘ ਜੀ, ਉਹਨਾਂ ਦੇ ਉਹ ਟਾਵਰ ਨੰਬਰ 1 'ਤੇ ਡਿਊਟੀ ਕਰਦੇ ਸੀ, ਅਚਾਨਕ ਫੈਰ ਵੱਜਣ ਨਾਲ ਉਹਨਾਂ ਦੀ ਮੌਤ ਹੋ ਚੁੱਕੀ। ਹਾਂਜੀ, ਕੇਂਦਰੀ ਜੇਲ੍ਹ 'ਚ ਟਾਵਰ ਨੰਬਰ 1 'ਤੇ। ਹਾਂਜੀ, ਕਿਵੇਂ ਮੌਤ ਕਿਵੇਂ ਹੋਈ? ਉਹ ਅਚਾਨਕ ਰਫਲ ਚੱਲ ਗਈ ਹੈ ਜੀ ਆਪਣੇ ਆਪ ਹੀ, ਅਤੇ ਉਹ ਉਹਨਾਂ ਦੇ ਫੈਰ ਹੋ ਗਏ, ਮੌਤ ਹੋ ਗਈ। ਇਹ ਡਿਊਟੀ ਦੇ ਦੌਰਾਨ ਹੀ ਮੌਤ ਹੋਈ? ਹਾਂਜੀ, ਡਿਊਟੀ ਦੇ ਦੌਰਾਨ ਹੀ ਜੀ। ਕੀ ਕਹਿਣਾ ਚਾਹੋਗੇ? ਬਸ ਸਾਡੇ ਲਈ ਬਹੁਤ ਮਾੜਾ ਹੈ, ਸਾਨੂੰ ਅਸੀਂ ਤਾਂ ਬਦੁਖੀ ਹੈ, ਬਸ ਪਰਿਵਾਰ ਦੇ ਦੁੱਖ ਦੇ ਸਹਾਈ ਖਲੋਤੇ ਹੈ। ਮੇਰਾ ਨਾਮ ਮੰਗਲ ਸਿੰਘ ਜੀ। ਸਵੇਰੇ ਲੈ ਕੇ ਆਏ ਸੀ ਕੇਂਦਰੀ ਜੇਲ੍ਹ ਤੋਂ ਆਪਣੇ ਤੋਂ, ਬਲਵਿੰਦਰ ਸਿੰਘ ਨਾਮ ਉਹਨਾਂ ਦਾ, ਡੈਡ ਹੀ ਲੈ ਕੇ ਆਏ ਸੀਗੇ, ਅਤੇ ਪੋਸਟਮਾਰਟਮ ਹੋਏਗਾ ਤਾਂ ਪਤਾ ਲੱਗੇਗਾ ਕੀ ਕਾਰਨ ਸੀ। ਸਰ, ਕੀ ਕਾਰਨ ਕੀ ਦੱਸਿਆ ਗਿਆ ਉਹਦੀ ਮੌਤ ਦਾ? ਫਿਲਹਾਲ ਤਾਂ ਗੋਲੀ ਲੱਗਣ ਕਾਰਨ ਕਹਿ ਰਹੇ ਆ, ਬਾਕੀ ਪੋਸਟਮਾਰਟਮ ਹੋਏਗਾ ਤਾਂ ਪਤਾ ਲੱਗੇਗਾ। ਪਤਾ ਲੱਗਿਆ ਸਰ ਗੋਲੀ ਕਿੱਥੇ ਵੱਜੀ? ਨਹੀਂ ਜੀ। ਤਾਂ ਦੱਸ ਦਈਏ ਕਿ ਜੇਲ੍ਹ ਦੇ ਵਿੱਚ ਤੈਨਾਤ ਇੱਕ ਹੋਮਗਾਰਡ ਦੇ ਗੋਲੀ ਵੱਜੀ ਹੈ, ਜਿਸ ਕਾਰਨ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਂਦਾ ਗਿਆ ਤਾਂ ਡਾਕਟਰਾਂ ਦੇ ਵੱਲੋਂ ਵੀ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਦੇ ਕਿ ਮਾਮਲਾ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ, ਜਿੱਥੇ ਇਹ ਹੋਮਗਾਰਡ ਡਿਊਟੀ 'ਤੇ ਤੈਨਾਤ ਸੀ ਤਾਂ ਅਚਾਨਕ ਗੋਲੀ ਚੱਲ ਜਾਂਦੀ ਹੈ, ਜਿਸ ਤੋਂ ਬਾਅਦ ਇਸਦੀ ਮੌਤ ਹੋ ਗਈ। ਫਿਲਹਾਲ ਗੋਲੀ ਕਿਵੇਂ ਚੱਲੀ ਇਸ ਗੱਲ ਦਾ ਪਤਾ ਤਾਂ ਨਹੀਂ ਲੱਗਿਆ, ਪਰ ਪਰਿਵਾਰ ਨੇ ਦੱਸਿਆ ਕਿ ਅਚਾਨਕ ਇਹ ਗੋਲੀ ਚੱਲੀ ਹੈ, ਜਿਸ ਕਾਰਨ ਇਸਦੀ ਮੌਤ ਹੋ ਗਈ ਅਤੇ ਹੁਣ ਇਸਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਹੈ ਜੋ ਸਾਹਮਣੇ ਆਵੇਗਾ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਤੈਨਾਤ ਸੀ ਇਹ ਹੋਮਗਾਰਡ, ਜਿੱਥੇ ਗੋਲੀ ਵੱਜੀ ਹੈ ਤਾਂ ਗੋਲੀ ਵੱਜਣ ਕਾਰਨ ਇਸਦੀ ਮੌਤ ਹੋ ਜਾਂਦੀ ਹੈ। ਤਾਂ ਇਸਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ, ਹਸਪਤਾਲ ਵੀ ਲਿਜਾਂਦਾ ਗਿਆ ਸੀ, ਪਰ ਡਾਕਟਰਾਂ ਦੇ ਵੱਲੋਂ ਵੀ ਇਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਹ ਸਾਡੇ ਨਾਲ ਦਾ ਗਵਾਂਢੀ ਸੀਗਾ ਜੀ, ਬਲਵੀਰ ਸਿੰਘ ਉਹਨਾਂ ਨਾਂ ਜੀ, ਪੁੱਤਰ ਨੇ ਮਹਿੰਦਰ ਸਿੰਘ ਜੀ, ਉਹਨਾਂ ਦੇ ਉਹ ਟਾਵਰ ਨੰਬਰ 1 'ਤੇ ਡਿਊਟੀ ਕਰਦੇ ਸੀ, ਅਚਾਨਕ ਫੈਰ ਵੱਜਣ ਨਾਲ ਉਹਨਾਂ ਦੀ ਮੌਤ ਹੋ ਚੁੱਕੀ। ਹਾਂਜੀ, ਕੇਂਦਰੀ ਜੇਲ੍ਹ 'ਚ ਟਾਵਰ ਨੰਬਰ 1 'ਤੇ। ਹਾਂਜੀ, ਕਿਵੇਂ ਮੌਤ ਕਿਵੇਂ ਹੋਈ? ਉਹ ਅਚਾਨਕ ਰਫਲ ਚੱਲ ਗਈ ਹੈ ਜੀ ਆਪਣੇ ਆਪ ਹੀ, ਅਤੇ ਉਹ ਉਹਨਾਂ ਦੇ ਫੈਰ ਹੋ ਗਏ, ਮੌਤ ਹੋ ਗਈ। ਇਹ ਡਿਊਟੀ ਦੇ ਦੌਰਾਨ ਹੀ ਮੌਤ ਹੋਈ? ਹਾਂਜੀ, ਡਿਊਟੀ ਦੇ ਦੌਰਾਨ ਹੀ ਜੀ। ਕੀ ਕਹਿਣਾ ਚਾਹੋਗੇ? ਬਸ ਸਾਡੇ ਲਈ ਬਹੁਤ ਮਾੜਾ ਹੈ, ਸਾਨੂੰ ਅਸੀਂ ਤਾਂ ਬਦੁਖੀ ਹੈ, ਬਸ ਪਰਿਵਾਰ ਦੇ ਦੁੱਖ ਦੇ ਸਹਾਈ ਖਲੋਤੇ ਹੈ। ਮੇਰਾ ਨਾਮ ਮੰਗਲ ਸਿੰਘ ਜੀ। ਸਵੇਰੇ ਲੈ ਕੇ ਆਏ ਸੀ ਕੇਂਦਰੀ ਜੇਲ੍ਹ ਤੋਂ ਆਪਣੇ ਤੋਂ, ਬਲਵਿੰਦਰ ਸਿੰਘ ਨਾਮ ਉਹਨਾਂ ਦਾ, ਡੈਡ ਹੀ ਲੈ ਕੇ ਆਏ ਸੀਗੇ, ਅਤੇ ਪੋਸਟਮਾਰਟਮ ਹੋਏਗਾ ਤਾਂ ਪਤਾ ਲੱਗੇਗਾ ਕੀ ਕਾਰਨ ਸੀ। ਸਰ, ਕੀ ਕਾਰਨ ਕੀ ਦੱਸਿਆ ਗਿਆ ਉਹਦੀ ਮੌਤ ਦਾ? ਫਿਲਹਾਲ ਤਾਂ ਗੋਲੀ ਲੱਗਣ ਕਾਰਨ ਕਹਿ ਰਹੇ ਆ, ਬਾਕੀ ਪੋਸਟਮਾਰਟਮ ਹੋਏਗਾ ਤਾਂ ਪਤਾ ਲੱਗੇਗਾ। ਪਤਾ ਲੱਗਿਆ ਸਰ ਗੋਲੀ ਕਿੱਥੇ ਵੱਜੀ? ਨਹੀਂ ਜੀ।